ਨਾ ਸੰਦੀਪ ਆ ਕਿੱਥੇ ਰਹਿਣਾ ਵੇਰਕੇ ਚ ਰਹਿਣਾ ਕੀ ਹੋਇਆ ਕਿਉਂ ਜਾਏਗਾ ਪੰਜਾਬ ਘਰੋਂ ਨਾਰਾਜ਼ ਹਾਂ ਤੇ ਚਲ ਗਿਆ ਹਾਂ ਪਹਿਲਾਂ ਇੱਥੋਂ ਦਰਬਾਰ ਸਾਹਿਬ ਗਿਆ ਹਾਂ 2017 ਚ ਗਿਆ ਹਾਂ ਇੱਥੋਂ ਤੇ ਹੁਣ ਆਇਆ ਆ ਕਿਉਂ ਨਾਰਾਜ਼ ਹੋਇਆ ਕਿਸ ਵਜ੍ਹਾ ਕੀ ਵਜ੍ਹਾ ਨਾਰਾਜ਼ ਦੀ ਨਾਰਾਜ਼ ਹੋਣ ਦੀ ਕੀ ਵਜ੍ਹਾ ਤੇਰਾ ਸਕੂਲੇ ਨਹੀਂ ਜਾਣਾ ਹੈ ਤੇ ਉਹ ਡੈਡੀ ਨੇ ਝਿੜਕਿਆ ਸੀ ਤੇ ਚਲ ਗਿਆ ਹਾਂ ਕਿੱਥੇ ਚਲ ਗਿਆ ਦਰਬਾਰ ਸਾਹਿਬ ਤੋਂ ਬਾਅਦ ਪਹਿਲਾਂ ਦਰਬਾਰ ਸਾਹਿਬ ਗਿਆ ਤੇ ਫਿਰ ਉਸ ਤੋਂ ਬਾਅਦ ਇੱਥੇ ਦਿੱਲੀ ਚਲ ਗਿਆ ਹਾਂ ਲੜਕਾ ਸੀਗਾ ਸੰਦੀਪ ਮੇਰੀ 13 ਸਾਲ ਦੀ ਉਮਰ ਸੀਗੀ ਇਹ 27 ਨੂੰ 30/8/17 ਨੂੰ ਜਿਹੜਾ ਸੀਗਾ ਇੱਥੋਂ ਵੇਰਕੇ ਤੋਂ ਜਿਹੜਾ ਸੀਗਾ ਕਿਸੇ ਅਣਦਿੱਤੀ ਥਾਂ 'ਤੇ ਚਲਾ ਗਿਆ ਸੀ ਜਿਹਦੇ ਸੰਬੰਧ ਵਿੱਚ ਅਸੀਂ 261 ਨੰਬਰ FIR ਦਰਜ ਜਿਹੜੀ ਸੀਗੀ 363-365 IBC ਦੇ ਤਹਿਤ ਦਰਜ ਕੀਤੀ ਸੀਗੀ ਕਾਫ਼ੀ ਮਿਹਨਤ ਕਰਨ ਤੋਂ ਬਾਅਦ 'ਚ ਸਾਨੂੰ ਇਨਫੋਰਮੇਸ਼ਨ ਆਈ ਸੀਗੀ SHO ਵੇਰਕਾ ਜਿਹੜੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੀ ਬਾਅਦ 'ਚ ASHO ਉਹਨਾਂ ਨੇ ਜਿਹੜੀ ਬਹੁਤ ਵਧੀਆ ਮਿਹਨਤ ਐਫਰਟਸ ਕਰਕੇ ਇਹ ਬੱਚੇ ਨੂੰ ਜਿਹੜਾ ਹੈ ਦਿੱਲੀ ਦੇ ਚਨਕਿਆਪੁਰੀ ਦੇ ਵਿੱਚੋਂ ਰਿਕਵਰ ਕਰ ਲਿਆ ਇਨਫੋਰਮੇਸ਼ਨ ਆਈ ਸੀ ਕਿਸੇ ਲੋਕਲ ਬੰਦੇ ਵੇਰਕੇ ਦੇ ਬੰਦੇ ਨੇ ਉਹਨੂੰ ਵੇਖਿਆ ਸੀਗਾ ਕਿ ਉੱਥੇ ਉਹ ਕੰਮ ਕਰ ਰਿਹਾ ਸੀ ਕਿਸੇ ਦੁਕਾਨ ਦੇ ਉੱਤੇ ਅਤੇ ਉਸ ਇਨਫੋਰਮੇਸ਼ਨ ਨੂੰ SHO ਸਾਹਿਬ ਉਹਨਾਂ ਨੇ ਆਪਣੀ ਟੀਮ ਲਾ ਕੇ ਡਿਵੈਲਪ ਕੀਤਾ ਅਤੇ ਨਾਲ SI ਲਵ ਕੁਮਾਰ ਅਤੇ ਬਾਕੀ ਸਾਡੀ ਟੀਮ ਨੇ ਵੇਰਕੇ ਤੋਂ ਜਾ ਕੇ ਉਹ ਬੰਦਾ ਕੱਢਾ ਬਰਾਮਦ ਕਰਕੇ ਹੁਣ ਅਸੀਂ ਪੇਰੈਂਟਸ ਦੇ ਉਹਨਾਂ ਦੇ ਹਵਾਲੇ ਕਰਤਾ ਕੀ ਵਜ੍ਹਾ ਸੀ ਬੱਚੇ ਦੇ ਘਰ ਘਰ ਦੇ ਵਿੱਚ ਬੱਚਿਆਂ ਦੀ ਜਿਹੜੀ ਥੋੜ੍ਹੀ ਆਪਸ ਕਈ ਵਾਰੀ ਮਾਂ ਪਿਓ ਦੀ ਥੋੜ੍ਹੀ ਨੋਕ ਝੋਕ ਹੋ ਜਾਂਦੀ ਆ ਉਸ ਤੋਂ ਹੋ ਗਏ ਗੁੱਸੇ ਹੋ ਗਏ ਗਿਆ ਤਾਂ ਆਪਣੇ ਤੋਂ ਇੱਥੇ ਉਹ ਸੀਗਾ ਗੁੱਸੇ ਹੋ ਗਏ ਬਟ ਉੱਥੇ ਜਾ ਕੇ ਫਿਰ ਇਹ ਕੰਮ ਕਰਨਾ